ਅਸਲਾਮ ਵਾਲੇਕਮ ਜੀ, ਸਾਰੇ ਦੋਸਤ ਮਾਸ਼ਾਅੱਲਾ ਠੀਕ ਠਾਕ ਹੋਣਗੇ। ਮੈਂ ਆਪਣੇ ਵੀਰਾਂ ਵਾਸਤੇ ਅੱਜ ਜਿਹੜੀ ਵੀਡੀਓ ਲੈ ਕੇ ਹਾਜ਼ਰ ਹੋਇਆ, ਮਾਸ਼ਾਅੱਲਾ ਈਦ ਦਾ ਤੋਹਫ਼ਾ ਹੈ। ਔਰ ਅੱਲਾਹ ਦੇ ਫਜ਼ਲ ਨਾਲ ਜਿੰਨੇ ਮੇਰੇ ਸਬਸਕ੍ਰਾਈਬਰ ਨੇ, ਬਾਈ ਨੇ, ਉਹਨਾਂ ਨੂੰ ਮੇਰੀ ਤਰਫੋਂ ਈਦ ਮੁਬਾਰਕ। ਮਾਸ਼ਾਅੱਲਾ ਅੱਜ ਈਦ ਦਾ ਦਿਨ ਹੈ। ਔਰ ਮਾਸ਼ਾਅੱਲਾ ਇੱਕ ਮੇਰਾ ਬੜਾ ਹੀ ਪਿਆਰਾ ਦੋਸਤ ਬਾਈ ਹੈ, ਮਾਸ਼ਾਅੱਲਾ, ਔਰ ਉਹਦੇ ਕੋਲ ਗਾਏ ਖੜੀ ਸੀ ਔਰ ਮਾਸ਼ਾਅੱਲਾ ਤਾਜ਼ਾ ਸੂਈ ਹੈ। ਹਾਲੇ ਚੰਦ ਘੰਟੇ ਨੇ, ਹਾਲੇ ਗਾਂ ਨੇ ਜੇਰ ਵੀ ਨਹੀਂ ਪਾਈ। ਔਰ ਸਾਰੀ ਗੱਲਬਾਤ ਇਨਸ਼ਾਅੱਲਾ ਤਾਲਾ ਆਪਣੇ ਵੀਰਾਂ ਦੇ ਸਾਹਮਣੇ ਹੈਗੀ। ਔਰ ਜਿੰਨੇ ਮੇਰੇ ਸਬਸਕ੍ਰਾਈਬਰ ਨੇ, ਮੇਰੇ ਦੋਸਤ ਨੇ, ਓਵਰਸੀਜ਼ ਨੇ, ਮੇਰੇ ਨਾਲ ਮੁਹੱਬਤ ਕਰਦੇ ਨੇ, ਪਿਆਰ ਕਰਦੇ ਨੇ, ਜਿਨ੍ਹਾਂ ਦੇ ਅੱਜ ਮੈਨੂੰ ਮੈਸੇਜ ਵੀ ਆਏ ਨੇ ਔਰ ਉਹਨਾਂ ਨੇ ਮੈਨੂੰ ਵਟਸਐਪ 'ਤੇ ਕੀਤੇ ਨੇ, ਉਹਨਾਂ ਸਾਰਿਆਂ ਦੋਸਤਾਂ ਨੂੰ, ਭਰਾਵਾਂ ਨੂੰ ਮੇਰੀ ਤਰਫੋਂ ਈਦ ਮੁਬਾਰਕ ਹੈ। ਔਰ ਅੱਲਾਹ ਤਾਲਾ ਆਪਣੇ ਵੀਰਾਂ ਨੂੰ ਆਪਦੇ ਹਿਫਾਜ਼ 'ਚ ਰੱਖੇ। ਔਰ ਮਾਸ਼ਾਅੱਲਾ ਅੱਜ ਵਾਲੀ ਜਿਹੜੀ ਵੈੜੀ ਹੈ, ਪਹਿਲਾ ਸੂਆ ਡਿਲੀਵਰ ਕੀਤਾ ਹੈ। ਔਰ ਮਾਸ਼ਾਅੱਲਾ ਮੂੰਹੋਂ ਚੋਗੀ ਹੈ, ਚੋਲਸਤਾਨੀ ਕਰਾਸ ਹੈ। ਔਰ ਅੱਲਾਹ ਦੇ ਫਜ਼ਲ ਨਾਲ ਕੈਮਰੇ ਦੀ ਅੱਖ ਦੇ ਸਾਹਮਣੇ ਕੋਈ ਵੀਰਾਂ ਭਰਾਵਾਂ ਦੀ ਨਜ਼ਰ ਤੋਂ ਓਝਲ ਨਹੀਂ ਹੈ। ਗਾਂ ਦੀ ਕੁਛ ਚਵਾਈ 2-2.5 ਕਿਲੋ ਬੋਲਾ ਚੋਇਆ ਹੈ, ਕਿਉਂਕਿ ਗਾਂ ਕੋਲ ਭਾਈਆਂ ਦਾ ਬੈਠਾ ਨਹੀਂ ਜਾਂਦਾ ਸੀ। ਔਰ ਨਸਲਾਂ ਜ਼ਾਤਾਂ ਮਾਸ਼ਾਅੱਲਾ ਕੈਮਰੇ ਦੀ ਅੱਖ ਦੇ ਸਾਹਮਣੇ ਥਣ ਮਾਸ਼ਾਅੱਲਾ ਚੋਲਸਤਾਨ ਦਾ ਜਿਵੇਂ ਲੱਗਿਆ ਹੁੰਦਾ, ਕਾਲਾ ਸ਼ਾਹ ਉਹ ਜਿਹਾ ਮਾਸ਼ਾਅੱਲਾ ਥਣ ਲੱਗਿਆ ਵਹਿਣ ਨੂੰ। ਔਰ ਵਿਲ ਸ਼ਿਲ ਮਾਸ਼ਾਅੱਲਾ ਥਣਾਂ ਦਾ ਪੂਰਾ। ਔਰ ਨਸਲ ਜ਼ਾਤ ਮਾਸ਼ਾਅੱਲਾ ਦੋਸਤਾਂ ਵੀਰਾਂ ਦੇ ਸਾਹਮਣੇ, ਬਾਕੀ ਲੈਣਾ ਦੇਣਾ ਮੁਕੱਦਰ ਹੈ, ਨਸੀਬ ਹੈ। ਕੈਮਰੇ ਵਾਲਾ ਤੁਹਾਨੂੰ ਇਨਸ਼ਾਅੱਲਾ ਤਾਲਾ ਜਿਹੜਾ ਜਾਨਵਰ ਦਿਖਾ ਰਿਹਾ, ਇਨਸ਼ਾਅੱਲਾ ਤਾਲਾ ਆਪਣੇ ਵੀਰਾਂ ਨੂੰ ਇੱਕ ਤੋਹਫ਼ਾ ਹੈ। ਔਰ ਮਾਸ਼ਾਅੱਲਾ ਪਹਿਲਣ ਵਹਿੜ ਹੈ ਔਰ ਸੀਲ ਸਾਊ ਹੈ। ਔਰ ਮਾਸ਼ਾਅੱਲਾ ਕੋਈ ਵੀਰਾਂ ਭਰਾਵਾਂ ਦੀ ਨਜ਼ਰ ਤੋਂ ਚੀਜ਼ ਓਝਲ ਨਹੀਂ ਹੈ। ਮਾਸ਼ਾਅੱਲਾ ਮੂੰਹੋਂ ਚੋਗੀ, ਪਹਿਲਾ ਸੂਆ ਪਿੱਛੇ ਵੱਛਿਆ ਹੈ। ਔਰ ਅੱਲਾਹ ਤਾਲਾ ਕਿਸੇ ਵੀਰ ਭਰਾ ਦੇ ਨਸੀਬ ਕਰਦਾ ਹੈ, ਅੱਜ ਦਾ ਤੋਹਫ਼ਾ ਅੱਲਾਹ ਦੇ ਫਜ਼ਲ ਨਾਲ। ਔਰ ਬੜਾ ਹੀ ਪਿਆਰਾ ਦਿਨ ਹੈ। ਔਰ ਮਾਸ਼ਾਅੱਲਾ ਉਹਦੇ ਪਿਆਰੇ ਦਿਨ ਦੇ ਸਦਕੇ ਅੱਜ ਆਪਣੇ ਵੀਰਾਂ ਵਾਸਤੇ ਜਿਹੜਾ ਜਾਨਵਰ ਹੈ, ਔਰ ਅੱਲਾਹ ਦੇ ਫਜ਼ਲ ਨਾਲ ਮੇਰੇ ਦੋਸਤਾਂ ਭਰਾਵਾਂ ਨੂੰ ਇਨਸ਼ਾਅੱਲਾ ਤਾਲਾ ਪਸੰਦ ਆਏਗਾ। ਮਾਸ਼ਾਅੱਲਾ ਥਣ ਬੜਾ ਪਿਆਰਾ ਲੱਗਿਆ ਹੋਇਆ ਉਹਨੂੰ, ਮਾਸ਼ਾਅੱਲਾ ਵੈੜ ਦਾ ਥਣ ਮਾਸ਼ਾਅੱਲਾ ਪੂਰਾ 4-4 ਉਂਗਲਦਾ ਹੈ। ਔਰ ਮਾਸ਼ਾਅੱਲਾ ਇਹੀ ਕੁਛ ਹੁੰਦਾ ਹੈ, ਮਾਸ਼ਾਅੱਲਾ ਗਾਂ ਹੁੰਦੀ ਥਣ ਨਾਲ ਛੱਡ ਕੇ ਥੋੜ੍ਹਾ ਤੋੜ ਕੇ ਦਿਖਾਇਆ। ਮਾਸ਼ਾਅੱਲਾ ਜੀ ਵੱਛਾ ਵੀ ਦਿਖਾ ਦਿਓ ਕੈਮਰਾਮੈਨ ਸਾਹਿਬ। ਇਹ ਮਾਸ਼ਾਅੱਲਾ ਪਿੱਛੇ ਵੱਛਾ ਹੈ, ਤਾਜ਼ਾ ਸੂਈ ਹੈ, ਜੇਰ ਦਾ ਪੱਲੂ ਹਾਲੇ ਬਾਹਰ ਹੈ। ਔਰ ਮਾਸ਼ਾਅੱਲਾ ਵਹਿਣ ਨੇ ਹਾਲੇ ਜੇਰ ਜੁਰ ਕੋਈ ਨਹੀਂ ਪਾਈ, ਔਰ ਇਨਸ਼ਾਅੱਲਾ ਤਾਲਾ ਚੰਦ ਘੰਟੇ ਦੇ ਵਿੱਚ ਜੇਰ ਜੁਰ ਪਾ ਲੈਗੀ। ਔਰ ਮਾਸ਼ਾਅੱਲਾ ਦੋਸਤਾਂ ਦੇ ਸਾਹਮਣੇ ਪਾਈ ਜਾਣਾ, ਇਹਨੂੰ ਛੱਡੋ ਨਾ, ਉਹ ਯਾਰ ਕੋਈ ਛੱਡੇ ਨਾ ਇੱਥੇ। ਮਾਸ਼ਾਅੱਲਾ ਜੀ ਹਾਲੇ ਸੂਈ ਨੂੰ ਚੰਦ ਘੰਟੇ ਹੀ ਹੋਏ ਨੇ, ਜੇਰ ਜੁਰ ਹਾਲੇ ਵਹਿਣ ਨਹੀਂ ਪਾਈ। ਘਰੇਲੂ ਵਹਿੜ ਹੈ, ਨਸਲ ਜ਼ਾਤ ਮਾਸ਼ਾਅੱਲਾ ਕਰਾਸ ਹੈ, ਗਰਮੀ ਵਹਿਣ ਨਹੀਂ ਕਰਨ ਵਾਲੀ। ਔਰ ਮਾਸ਼ਾਅੱਲਾ ਮੂੰਹੋਂ ਚੋਗੀ, ਨਸਲਾਂ ਜ਼ਾਤਾਂ ਮੇਰੇ ਵੀਰਾਂ ਦੋਸਤਾਂ ਦੇ ਸਾਹਮਣੇ। ਮਾਸ਼ਾਅੱਲਾ ਮੇਰੇ ਵੀਰ ਅੱਜ ਇਨਸ਼ਾਅੱਲਾ ਤਾਲਾ ਵੀਡੀਓ ਦੇਖਣਗੇ, ਲਾਈਕ ਕਰਨਗੇ, ਪਸੰਦ ਕਰਨਗੇ। ਔਰ ਅੱਲਾਹ ਤਾਲਾ ਕਿਸੇ ਵੀਰ ਭਰਾ ਦੇ ਨਸੀਬ ਕਰੇ। ਔਰ ਜਿਹੜਾ ਬੋਲਾ ਚੋਇਆ ਉਹ ਵੀ ਵੀਰਾਂ ਦਿਖਾਉਂਦੇ, ਅਸੀਂ ਮੌਕੇ 'ਤੇ ਥੋੜ੍ਹਾ ਲੇਟ ਪਹੁੰਚੇ ਹਾਂ, ਔਰ ਮਾਂ ਭਾਈ ਨੇ ਥੋੜ੍ਹਾ ਲੇਟ ਰਾਬਤਾ ਕੀਤਾ, ਕਿਉਂਕਿ ਅਸੀਂ ਵੀ ਕੁਛ ਬਾਹਰ ਨਿਕਲੇ ਅਸੀਂ। ਔਰ ਮੈਂ ਕਿਹਾ ਚਲੋ ਮੈਂ ਮੌਕੇ 'ਤੇ ਆ ਜਾਂਦਾ, ਉਹਨੇ ਕਿਹਾ ਗਾਂ ਕੋਲ ਯਾਰ ਬੈਠਾ ਖਲੋਤਾ ਨਹੀਂ ਜਾਂਦਾ, ਭਾਈ ਜਾਨ ਦੁੱਧ ਦਿਖਾਓ। ਐਂ ਮਾਸ਼ਾਅੱਲਾ ਜੀ ਬੋਲਾ ਚੋਇਆ ਪਿਆ, ਔਰ 2-2.5 ਕਿਲੋ ਬੋਲਾ ਹੋਣਾ, ਠੀਕ ਹੋ ਗਿਆ ਜੀ, ਇੱਧਰ ਲਿਆ। ਮਾਸ਼ਾਅੱਲਾ ਜੇਰ ਵਾਲੇ ਪੱਲੂ ਬਾਹਰ ਹੈ, ਜੇਰ ਵਾਲੇ ਵਹਿਣ ਨੇ ਕੋਈ ਸੱਟੀ, ਇਨਸ਼ਾਅੱਲਾ ਤਾਲਾ ਚੰਦ ਮਿੰਟਾਂ ਦੇ ਵਿੱਚ ਇਨਸ਼ਾਅੱਲਾ ਤਾਲਾ ਸੱਟ ਦੇਗੀ ਜੇਰ। ਔਰ ਭਾਈ ਨੂੰ ਬੁਲਾਉਂਦੇ ਹਾਂ, ਉਹਦੇ ਤੋਂ ਸਾਰੀ ਮਾਸ਼ਾਅੱਲਾ ਪੁੱਛਦੇ ਹਾਂ ਇਹਦੀ ਗਾਂ ਦੇ ਬਾਰੇ, ਕਿ ਮਾਸ਼ਾਅੱਲਾ ਵਹਿੜ ਇਹਨਾਂ ਦੇ ਘਰ ਦੀ ਹੈ, ਔਰ ਨਸਲ ਜ਼ਾਤ ਮਾਸ਼ਾਅੱਲਾ ਵਹਿੜ ਦੀ ਸਾਹਮਣੇ ਮੇਰੇ ਦੋਸਤਾਂ ਦੇ ਥਣ ਨਾਲ ਗਾਂ ਹੁੰਦੀ ਹੈ। ਔਰ ਮਾਸ਼ਾਅੱਲਾ ਥਣ ਤੁਸੀਂ ਵੇਖ ਸਕਦੇ ਜੋ, ਚਾਰੇ ਥਣ ਮਾਸ਼ਾਅੱਲਾ ਸੋਹਣੇ 4-4 ਉਂਗਲ ਦੇ। ਔਰ ਮਾਸ਼ਾਅੱਲਾ ਝਾਲਰ ਵੀ ਵਹਿੜ ਦੀ, ਔਰ ਧੁੰਨ ਵੀ, ਔਰ ਮਾਸ਼ਾਅੱਲਾ ਹਰ ਚੀਜ਼ ਕੈਮਰੇ ਦੀ ਅੱਖ ਦੇ ਸਾਹਮਣੇ। ਔਰ ਮਾਸ਼ਾਅੱਲਾ ਆਰਡਰ ਕੁਆਲਿਟੀ ਵੀ ਕੈਮਰੇ ਦੇ ਸਾਹਮਣੇ। ਔਰ ਮਾਸ਼ਾਅੱਲਾ ਕੋਈ ਚੀਜ਼ ਭਰਾ ਨਜ਼ਰ ਤੋਂ ਓਝਲ ਨਹੀਂ ਹੈ ਮਾਸ਼ਾਅੱਲਾ ਜੀ।
ਔਰ ਬਾਕੀ ਲੈਣਾ ਦੇਣਾ ਮੁਕੱਦਰ ਹੈ ਨਸੀਬ ਇਨਸਾਨ ਦਾ। ਪਿਛਲੇ ਥਣ ਵੀ ਮੇਰੇ ਵੀਰ ਦੇਖ ਸਕਦੇ ਨੇ ਕਿੰਨਾ ਵਕਫਾ ਹੈ ਮਾਸ਼ਾਅੱਲਾ ਥਣਾਂ ਦੇ ਵਿੱਚ, ਔਰ ਅਗਲੇ ਪਿਛਲੇ ਮਾਸ਼ਾਅੱਲਾ ਬਰਾਬਰ ਥਣ ਖੜ੍ਹੇ ਨੇ, ਔਰ ਮਾਸ਼ਾਅੱਲਾ ਚੋਣ ਛੋਣ ਵੈਠ ਦਾ ਚੰਗਾ, ਔਰ ਸੀਲ ਸਾਊ ਹੈ, ਔਰ ਕੋਈ ਇਹਦੀ ਟੈਨਸ਼ਨ ਕੋਈ, ਕਿਸੇ ਕਿਸਮ ਦੀ ਹਰ ਤਰ੍ਹਾਂ ਦੀ ਗਰੰਟੀ ਮਿਲੇਗੀ ਜਾਨਵਰ ਦੀ। ਔਰ ਬਾਕੀ ਭਾਈ ਨੂੰ ਬੁਲਾਉਂਦੇ ਹਾਂ, ਉਹਦੇ ਤੋਂ ਪੁੱਛਦੇ ਹਾਂ ਕੀ ਇਹਦਾ ਹਿਸਾਬ ਕਿਤਾਬ ਹੈ। ਅਸਲਾਮੁਅਲੈਕੁਮ ਭਾਈ। ਵਾਲੇਕੁਮ ਸਲਾਮ ਜੀ ਭਾਈ ਜਾਨ। ਸਭ ਠੀਕ ਠਾਕ ਹੈ ਭਾਈ ਜਾਨ? ਸ਼ੁਕਰ ਅੱਲਾ ਦਾ। ਕੀ ਨਾਮ ਭਾਈ ਜਾਨ? ਖਾਲਦ ਭਾਈ ਜਾਨ। ਖਾਲਦ ਭਾਈ, ਪਹਿਲਾਂ ਤਾਂ ਤੁਹਾਨੂੰ ਮੀਆਂ ਈਦ ਮੁਬਾਰਕ। ਖੈਰ, ਅੱਜ ਬੜਾ ਪਿਆਰਾ ਦਿਨ ਹੈ। ਬਿਲਕੁਲ। ਔਰ ਮੇਰੇ ਵੀਰ ਨੇ ਮਾਸ਼ਾਅੱਲਾ ਖੁਸ਼ੀ ਦਾ ਦਿਨ ਹੈ, ਤੇ ਮੇਰੇ ਭਰਾ ਨੇ ਵੀ ਕੋਈ ਖੁਸ਼ੀ ਵਾਲੀਆਂ ਗੱਲਾਂ ਕਰਨੀਆਂ ਨੇ ਕਿ ਜਾਨਵਰ ਆਪਣਾ ਨਾ ਚੜ੍ਹਦੀ ਗਾਂ ਵਿਕਣੀ ਚਾਹੀਦੀ ਹੈ, ਕਿਉਂਕਿ ਗਾਂ ਨਾ ਇਨਸ਼ਾਅੱਲਾ ਤਾਲਾ ਗਾਂ ਚੰਗੀ ਹੈ, ਅੱਛੀ ਨਸਲ ਦਾ ਦੀ ਤੇਰੇ ਘਰ ਦੀ ਗਾਂ ਹੈ। ਤੇ ਇਹ ਮੇਰਾ ਵੀਰ ਦੱਸ ਕਿ ਤੂੰ ਜਿਹੜਾ ਬੋਲਾ ਚੋ ਲਿਆ ਉਹ 2.5 ਕਿਲੋ ਚੋਇਆ, ਮਾਸ਼ਾਅੱਲਾ ਥਣਾ ਥਣਾ ਦੀ ਸਾਫ ਮਾਸ਼ਾਅੱਲਾ ਗਰੰਟੀ ਆਪਣੀ। ਹਾਂਜੀ, ਕਿਸੇ ਨੂੰ ਮੈਂ ਗਰੰਟੀ ਦੇਵਾਂ ਤੇ ਇਨਸ਼ਾਅੱਲਾ ਤਾਲਾ ਤੇਰੀ ਗਰੰਟੀ ਤੇ ਮੈਂ ਗਰੰਟੀ ਦੇਣੀ, ਤੇ ਮੇਰੇ ਵੀਰ ਨੇ ਮੈਨੂੰ ਮਯੂਸ ਨਹੀਂ ਕਰਨਾ। ਬਿਲਕੁਲ ਜੀ, ਇਨਸ਼ਾਅੱਲਾ ਆਪਣੀ ਗਰੰਟੀ ਹੋਵੇਗੀ ਜੀ। ਠੀਕ ਹੋ ਗਿਆ। ਤੇ ਮੇਰਾ ਵੀਰ ਇਹ ਦੱਸਣਾ ਹੈ ਕਿ ਮਾਸ਼ਾਅੱਲਾ ਗਾਂ ਐਤਕੀ ਸੂਏ ਦੇ ਵਿੱਚ ਪਹਿਲੇ ਨਹੀਂ, ਮਾਸ਼ਾਅੱਲਾ ਇਹ ਨਹੀਂ ਕਹਿ ਸਕਦੇ ਕਿੰਨਾ ਦੁੱਧ ਦਿੰਦਾ। ਇਹ ਨਸੀਬ ਦੀ ਗੱਲ ਹੈ। ਤੇ ਮੇਰੇ ਵੀਰ ਨੇ ਮੈਨੂੰ ਇਹ ਦੱਸਣਾ ਹੈ ਕਿ ਮਾਸ਼ਾਅੱਲਾ ਗਾਂ ਦੇ ਆਪਾਂ ਜਿਹੜੇ ਪੈਸੇ ਲੈ ਲੈਣੇ ਨੇ ਨਾ, ਉਹ ਪਿਆਰ ਮੁਹੱਬਤ ਵਾਲੇ ਕੀ ਪੈਸੇ। ਤੁਸੀਂ ਭਾਈ ਜਾਨ ਸ਼ੈ ਵੇਖ ਲਓ, ਸ਼ੈ ਮੈਂ ਵੇਖ ਲਈਏ, ਸੋਹਣੀ ਹੈ, ਮੁੱਲ ਕਰੇਗਾ ਤੇ ਮੇਰਾ ਭਰਾ ਰੁਕਦੀ ਕੋਈ ਨਹੀਂ ਦੀ। ਕੀ ਇਹਦਾ ਪਿਆਰ ਮੁਹੱਬਤ ਵਾਲਾ ਮੁੱਲ? ਇਹਦਾ ਪਿਆਰ ਮੁਹੱਬਤ ਵਾਲਾ ਭਾਈ ਜਾਨ ਮੁੱਲ 1,65,000 ਰੁਪਏ। 1,65,000? ਹਾਂਜੀ। ਤੇ ਮੇਰਾ ਵੀਰ ਇਹਦੇ ਵਿੱਚੋਂ ਕੋਈ ਈਦ ਦੀ ਆਫਰ ਹੋ ਸਕਦੀ? ਕਿਸੇ ਨੂੰ ਈਦ ਉਹਦਾ ਪਛਾੜ ਸਕਦੇ? ਈਦ ਸਭ ਤੁਸੀਂ ਮੈਨੂੰ ਦੇ ਸਕਦੇ ਜੀ? ਮੈਂ ਨਹੀਂ, ਈਦ ਤੈਨੂੰ ਦੇ ਕੇ ਜਾਣਗੇ। ਵੈਸੇ ਕੋਈ ਈਦ ਆਪਾਂ ਕਿਸੇ ਭਰਾ ਨੂੰ ਕੋਈ ਥੋੜ੍ਹੀ ਬਹੁਤੀ ਆਖਿਆ, ਮੈਂ ਈਦ ਈਦ 'ਤੇ ਤੁਸੀਂ ਪਾਈ ਤੇ ਮੈਨੂੰ ਈਦ ਕੋਈ ਥੋੜ੍ਹੀ ਬਹੁਤੀ ਛੱਡੋ, ਈਦ ਉਹਨੂੰ ਛੱਡ ਦਿਆਂਗੇ। ਚਲੋ, ਬੜੀ ਮਿਹਰਬਾਨੀ ਜੀ, ਮਾਸ਼ਾਅੱਲਾ ਜੀ, ਜਾਨਵਰ ਮੇਰੇ ਵੀਰਾਂ ਨੇ ਦੇਖ ਲਿਆ, ਤਸੱਲੀ ਕਰ ਲਈਏ, ਔਰ ਮਾਸ਼ਾਅੱਲਾ ਪਹਿਲਨ ਵੈੜ ਮੂੰਹ ਚੋਗੀ ਨਸਲ ਜ਼ਾਤ ਮੇਰੇ ਵੀਰਾਂ ਦੇ ਸਾਹਮਣੇ, ਔਰ ਮਾਸ਼ਾਅੱਲਾ ਬਾਕੀ ਲੈਣਾ ਦੇਣਾ ਮੁਕੱਦਰ ਹੈ, ਵੈੜ ਮਾਸ਼ਾਅੱਲਾ ਤਾਜ਼ਾ ਸੂਈ ਹੈ, ਔਰ 1,65,000 ਰੁਪਇਆ ਪਿਆਰ ਮੁਹੱਬਤ ਮੌਕੇ ਦੀ ਨਿਸਬਤ ਪਾਈਆਂ ਦਾ ਜ਼ਰੂਰ ਜੋ ਹੋ ਸਕੇ ਇਨਸ਼ਾਅੱਲਾ ਤਾਂ ਕਰਾਂਗੇ। ਘਰ ਦੀ ਵੈੜ ਹੈ, ਔਰ ਇਨਸ਼ਾਅੱਲਾ ਤਾਲਾ ਵੈੜ ਹਰ ਲਿਹਾਜ਼ ਨਾਲ ਸਾਹਮਣੇ ਮਾਸ਼ਾਅੱਲਾ। ਅਗਰ ਕਿਸੇ ਦੋਸਤ ਭਰਾ ਨੂੰ ਪਸੰਦ ਆਉਂਦੀ ਸਾਡੇ ਨਾਲ ਰਾਬਤਾ ਕਰ ਸਕਦਾ 0308-4979-147, ਇਹ ਸਾਡਾ ਵਟਸਐਪ ਨੰਬਰ ਵੀ ਹੈ, ਇਹ ਰਾਬਤਾ ਨੰਬਰ ਵੀ ਹੈ। ਇਸ ਵੀਡੀਓ ਨਾਲ ਮੇਜ਼ਬਾਨ ਮੁਹੰਮਦ ਰਮਜ਼ਾਨ ਦੀ ਇਜਾਜ਼ਤ, ਅਗਲੀ ਵੀਡੀਓ ਨਾਲ ਤੁਹਾਨੂੰ ਮਿਲਾਂਗੇ। ਅੱਲਾ ਨਿਗਹਿਬਾਨ। ਪਾਕਿਸਤਾਨ ਜ਼ਿੰਦਾਬਾਦ।